ਸਤਿ ਸ਼੍ਰੀ ਅਕਾਲ ਕਿਸਾਨ ਸਾਥੀਓ ਕਿਸਾਨ ਸਾਥੀਓ ਮਾਨਸੂਨ ਦਾ ਸੀਜ਼ਨ ਜਿਹੜਾ ਕਿ 1 ਜੂਨ ਤੋਂ ਭਾਰਤ ਵਰਸ਼ ਦੇ ਵਿੱਚ ਸ਼ੁਰੂ ਹੋਇਆ ਸੀਗਾ 31 ਜੁਲਾਈ ਆਉਂਦੇ-ਆਉਂਦੇ 2 ਮਹੀਨੇ ਦਾ ਸੀਜ਼ਨ ਕੰਪਲੀਟ ਹੋ ਗਿਆ ਤੇ 2 ਮਹੀਨੇ ਪਿੱਛੇ ਬਾਕੀ ਰਹਿ ਗਏ ਐ ਅਗਸਤ ਅਤੇ ਸਤੰਬਰ 2019 ਇਸ ਵੀਡੀਓ ਦੇ ਵਿੱਚ ਹੁਣ ਤੱਕ ਦੀ ਮਾਨਸੂਨ ਦੀ ਪਰਫਾਰਮੈਂਸ ਦੇ ਬਾਰੇ ਗੱਲ ਕਰਾਂਗੇ ਤੇ ਨਾਲ ਗੱਲ ਕਰਾਂਗੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਗਸਤ ਅਤੇ ਸਤੰਬਰ ਦੇ ਵਿੱਚ ਮਾਨਸੂਨੀ بارش ਕਿਸ ਤਰੀਕੇ ਦੀ ਰਹੇਗੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਕਿ ਇਸ ਦੇ ਵਿੱਚ ਭਾਰਤੀ ਮੌਸਮ ਵਿਭਾਗ ਜੋ ਕਿ ਬਹੁਤ ਹੀ ਜ਼ਿਆਦਾ ਐਕਿਊਰੇਟ ਰਿਹਾ ਹੈ ਜਿਹਦਾ ਅਪ੍ਰੈਲ ਅਤੇ ਜੂਨ ਮਾਰਚ ਦੇ ਵਿੱਚ ਜੋ ਪ੍ਰੋਡੈਕਸ਼ਨਸ ਦਿੱਤੀਆਂ ਗਈਆਂ ਸੀਆਂ ਲਗਭਗ ਸਾਰਾ ਕੁਝ ਉਸੇ ਤਰੀਕੇ ਨਾਲ ਹੋ ਰਿਹਾ ਮੈਂ ਵੀ ਇਸ ਤੇ ਉਸ ਟਾਈਮ ਤੇ ਵੀਡੀਓ ਅਪਲੋਡ ਕੀਤੀਆਂ ਸੀਆਂ ਲਗਭਗ ਉਸੇ ਤਰੀਕੇ ਨਾਲ ਮਾਨਸੂਨ ਸ਼ੁਰੂਆਤੀ ਲੇਟ ਆਇਆ ਲੇਟ ਆਉਣ ਤੋਂ ਬਾਅਦ ਦੇ ਵਿੱਚ ਥੋੜੀ ਸਟਾਰਟਿੰਗ ਮਾੜੀ ਸੀ ਫਿਰ ਜਿਹੜਾ ਹੈਗਾ ਤੇਜ਼ ਹੁੰਦਾ ਗਿਆ ਤੇਜ਼ ਹੁੰਦਾ ਗਿਆ ਸਭ ਤੋਂ ਪਹਿਲਾਂ ਆਪਾਂ ਦੇਖੀਏ ਕਿ ਪੂਰੇ ਭਾਰਤ ਵਰਸ਼ ਦੇ ਵਿੱਚ ਜੋ ਐਕਚੁਅਲ ਰੇਨਫਾਲ ਹੈ ਉਹ ਜਿਹੜਾ ਹੈਗਾ ਕਿੰਨਾ ਹੋਇਆ ਆਮ ਤੌਰ ਤੇ ਨਾਰਮਲ ਰੇਨਫਾਲ ਹੁੰਦਾ 452.2 mm ਪ੍ਰੰਤੂ 1 ਜੂਨ ਤੋਂ ਲੈ ਕੇ 31 ਜੁਲਾਈ ਤੱਕ ਰਿਕਾਰਡ ਕੀਤਾ ਗਿਆ 410.5 ਮਿਲੀਮੀਟਰ ਜਿਹੜਾ ਕਿ ਨਾਰਮਲ ਦੇ ਨਾਲੋਂ 9% ਘੱਟ ਹੈ ਜਿਹਨੂੰ ਕਿ ਅਸੀਂ ਨਾਰਮਲ ਹੀ ਗਿਣਦੇ ਹਾਂ ਜੇਕਰ ਅਸੀਂ ਉੱਤਰ ਪੱਛਮ ਭਾਰਤ ਦੀ ਗੱਲਬਾਤ ਕਰੀਏ ਤਾਂ ਉੱਤਰ ਪੱਛਮ ਭਾਰਤ ਜਿਹਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਆਉਂਦਾ ਹੈ ਉੱਥੇ ਜਿਹੜਾ ਹੈਗਾ ਇਹਨਾਂ 2 ਮਹੀਨਿਆਂ ਦੇ ਵਿੱਚ بارش ਹੁੰਦੀ ਹੈ 287.5 ਮਿਲੀਮੀਟਰ ਪਰੰਤੂ ਹੋਈ ਹੈਗੀ ਹੈ 265.7 ਮਿਲੀਮੀਟਰ ਜੋ ਕਿ ਨਾਰਮਲ ਦੇ ਨਾਲੋਂ 8% ਘੱਟ ਹੈ ਕਹਿਣ ਦਾ ਮਤਲਬ ਇਹ ਹੈਗਾ ਕਿ ਬਿਲਕੁਲ ਨਾਰਮਲ ਰੇਨਫਾਲ ਹੈ ਇਹਨੂੰ ਅਸੀਂ ਨਾਰਮਲ ਦੇ ਵਿੱਚ ਗਿਣਤੀ ਕਰਦੇ ਹਾਂ ਜੇਕਰ ਆਪਾਂ ਇਹਨੂੰ ਸਟੇਟ ਵਾਈਜ਼ ਦੇਖੀਏ ਤਾਂ ਸਟੇਟ ਵਾਈਜ਼ ਦੇ ਵਿੱਚ ਕੀ ਹੈ ਸਭ ਤੋਂ ਪਹਿਲਾਂ ਤਾਂ ਇੱਕ ਚੀਜ਼ ਨੋਟ ਕਰਨ ਵਾਲੀ ਹੈਗੀ ਹੈ ਕਿ ਹੋ ਸਕਦਾ ਹੈ ਕਿ ਕਿਸੇ ਇਲਾਕੇ 'ਚ بارش ਨਾ ਹੀ ਹੋਵੇ ਲੇਕਿਨ ਪੂਰੀ ਸਟੇਟ ਦੀ ਐਵਰੇਜ ਇਹਨਾਂ ਵੱਲੋਂ ਦਿਖਾਈ ਗਈ ਹੈ ਪੂਰੀ ਸਟੇਟ ਦੀ ਐਵਰੇਜ ਕੀ ਹੈ ਸਭ ਤੋਂ ਪਹਿਲਾਂ ਪੰਜਾਬ ਦੇਖੋ ਪੰਜਾਬ ਦੇ ਵਿੱਚ ਇਹਨਾਂ 2 ਮਹੀਨਿਆਂ ਦੇ ਵਿੱਚ 226.6 ਮਿਲੀਮੀਟਰ بارش ਹੁੰਦੀ ਹੈ ਪਰੰਤੂ ਹੋਈ ਹੈ 220.40 ਮਿਲੀਮੀਟਰ ਮਤਲਬ ਕਿ ਨਾਰਮਲ ਦੇ ਨਾਲੋਂ 3% ਘੱਟ ਜਿਹੜੀ ਕਿ ਪਹਿਲਾਂ ਹੀ ਪ੍ਰੋਡਕਸ਼ਨ ਦੇ ਵਿੱਚ ਪਲੱਸ ਮਾਈਨਸ 9% ਦੱਸਿਆ ਸੀਗਾ ਬਿਲਕੁਲ ਨਾਰਮਲ بارش ਹੈ ਪੱਛਮੀ ਰਾਜਸਥਾਨ ਦੇ ਵਿੱਚ ਗੰਗਾ ਨਗਰ ਹਨੂਮਾਨਗੜ੍ਹ ਤੋਂ ਲੈ ਕੇ ਜੈਸਲ ਮੇਰ ਤੱਕ ਦਾ ਇਹ ਜਿਹੜਾ ਏਰੀਆ ਹੈ ਜਿੱਥੇ ਕਿ 138.60 ਮਿਲੀਮੀਟਰ بارش ਹੁੰਦੀ ਹੈ ਉਹ ਹੋਈ ਹੈ 121.40 ਮਿਲੀਮੀਟਰ ਜੋ ਕਿ ਨਾਰਮਲ ਹੈ ਇਸ ਏਰੀਏ ਨੂੰ ਸ਼ੁਰੂਆਤੀ بارش ਦੇ ਲਈ ਤਰਸਣਾ ਪਿਆ ਜੋ ਕਿ ਪਹਿਲਾਂ ਹੀ ਜਿਹੜਾ ਹੈਗਾ ਪ੍ਰੋਡੈਕਸ਼ਨ ਉਸੇ ਤਰੀਕੇ ਦੀ ਸੀ ਆਪਣੀ ਵੀਡੀਓ ਤੁਸੀਂ ਚੱਕ ਕੇ ਦੇਖ ਸਕਦੇ ਹੋ ਮਾਰਚ ਤੇ ਅਪ੍ਰੈਲ ਵਾਲੀ ਤਾਂ ਮੇਰੀ ਪ੍ਰੋਡੈਕਸ਼ਨ ਹੀ ਭਾਰਤੀ ਮੌਸਮ ਵਿਭਾਗ ਦੀ ਪ੍ਰੋਡੈਕਸ਼ਨ ਸੀਗੀ ਤਾਂ ਲੇਕਿਨ ਉਸ ਤੋਂ ਬਾਅਦ ਕੀ ਹੋਇਆ ਕਿ بارش ਇੱਕਦਮ ਜ਼ਿਆਦਾ ਪਈ ਜਿਹੜੀ ਨੇ ਕਿ 2 ਮਹੀਨੇ ਦਾ ਸਾਰਾ ਟਾਰਗੇਟ ਉਹ بارش ਪੂਰਾ ਕਰ ਗਈ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ بارشਾਂ ਘੱਟ ਹੋਈਆਂ ਜਿਹੜਾ ਕਿ ਨਾਰਮਲ ਦੇ ਨਾਲੋਂ 26% ਘੱਟ ਹੈ ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਨਾਰਮਲ ਨਾਲੋਂ 24% ਘੱਟ ਹੈ ਪਿਛਲੇ ਸਾਲਾਂ ਦੇ ਉਲਟ ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਨਾਰਮਲ ਤੋਂ ਘੱਟ ਰਹਿ ਗਿਆ ਇਹ ਹਿਮਾਚਲ 28% ਘੱਟ ਹੈ ਉੱਤਰਾਖੰਡ 36% ਘੱਟ ਹੈ ਬੜੀ ਹੈਰਾਨੀ ਦੀ ਗੱਲ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਪੱਛਮੀ ਰਾਜਸਥਾਨ ਹੈਗਾ ਔਰ ਨਾਰਮਲ ਦੇ ਨਾਲੋਂ 20% ਜ਼ਿਆਦਾ بارش ਹੋ ਗਈ ਹੈ 342 ਮਿਲੀਮੀਟਰ بارش ਹੋ ਗਈ ਜਿਰੋਂ ਕਿ 285 ਮਿਲੀਮੀਟਰ ਦੇ ਲਗਭਗ بارش ਹੁੰਦੀ ਹੈ ਪਿਛਲੇ ਦਿਨਾਂ ਦੀਆਂ ਜੋ ਤੁਸੀਂ YouTube ਤੇ ਜਾਂ WhatsApp ਤੇ ਵੀਡੀਓ ਦੇਖ ਰਹੇ ਹੋ ਚਾਹੇ ਉਹ ਸਿਕਰ ਦੀਆਂ ਆ ਰਹੀਆਂ ਚਾਹੇ ਉਹ ਜੈਪੁਰ ਦੀਆਂ ਆ ਰਹੀਆਂ ਜਿੱਥੇ ਕਿ ਪਾਣੀ ਨਾਲ ਗਲੀਆਂ ਭਰੀਆਂ ਹੋਈਆਂ ਲੋਕ ਡੁੱਬੇ ਹੋਏ ਹੈ ਕੁੱਲ ਮਿਲਾ ਕੇ ਪੂਰੇ ਭਾਰਤ ਵਰਸ਼ ਦੇ ਵਿੱਚ ਕੁਝ ਜਗ੍ਹਾ بارش ਜ਼ਿਆਦਾ ਹੋਈ ਕੁਝ ਜਗ੍ਹਾ بارش ਘੱਟ ਹੋਈ ਪਰantu ਜੋ ਐਵਰੇਜ ਹੈਗੀ ਹੈ ਉਹ ਨਾਰਮਲ بارش ਦੀ ਹੈ ਪੂਰੇ ਭਾਰਤ ਵਰਸ਼ ਦੇ ਵਿੱਚ ਨਾਰਮਲ بارش ਰਿਕਾਰਡ ਕੀਤੀ ਗਈ ਹੁਣ ਆਪਾਂ ਦੇਖਦੇ ਹਾਂ ਕਿ ਮਾਨਸੂਨ ਦੇ ਦੂਸਰੇ ਅੱਧ ਦੇ ਵਿੱਚ ਅਗਸਤ ਤੋਂ ਲੈ ਕੇ ਸਤੰਬਰ ਤੱਕ بارشਾਂ ਕਿਵੇਂ ਰਹਿਣੀਆਂ ਪਹਿਲਾਂ ਤੁਸੀਂ ਪੁਰਾਣੀ ਪ੍ਰੈਡਿਕਸ਼ਨ ਦੇਖੋ ਕਿ ਜੂਨ ਦੇ ਵਿੱਚ ਪ੍ਰੈਡिक्ट ਕਰ ਦਿੱਤਾ ਸੀਗਾ ਕਿ ਅਗਸਤ ਮਹੀਨੇ ਦੇ ਵਿੱਚ ਜਿਹੜੀ بارش ਹੈਗੀ ਹੈ 99% ਪਲੱਸ ਮਾਈਨਸ 9% ਹੋਵੇਗੀ ਤੇ ਉਸੇ ਟਾਈਮ ਹੀ ਕਹਿ ਦਿੱਤਾ ਗਿਆ ਸੀ ਕਿ ਜੂਨ ਤੋਂ ਸਤੰਬਰ ਤੱਕ ਜੋ ਪੂਰੀ بارش ਹੈਗੀ ਹੈ 96% ਪਲੱਸ ਮਾਈਨਸ 4% بارش ਹੋਏਗੀ ਜਿਹੜੀ ਕਿ ਹੁਣੇ ਤੁਸੀਂ ਪਿੱਛੇ ਦੇਖ ਕੇ ਹਟੇ ਹੋ ਕਿ ਲਗਭਗ ਉਸੇ ਤਰੀਕੇ ਦੀ بارش ਹੋਈ ਹੈ ਹੁਣ ਅੱਗੇ ਪ੍ਰੋਡੈਕਸ਼ਨ ਜੋ ਭਾਰਤੀ ਮੌਸਮ ਵਿਭਾਗ ਜੋ ਕਿ ਸਭ ਤੋਂ ਰਿਲਾਈਏਬਲ ਹੈ ਉਹਦੇ ਅਨੁਸਾਰ ਕੀ ਹੈ ਕਿ ਭਾਰਤ ਦੇ ਵਿੱਚ ਅਗਸਤ ਤੇ ਸਤੰਬਰ ਦੇ ਵਿੱਚ ਨਾਰਮਲ بارش ਹੋਏਗੀ ਜਿਹੜੀ ਕਿ ਲਗਭਗ 100% ਹੋਏਗੀ 100% بارش ਦੀ ਸੰਭਾਵਨਾ ਹੈਗੀ ਹੈ ਜੋ ਕਿ ਜਿਹਦੇ ਵਿੱਚ 에ਰਰ ਹੋ ਸਕਦਾ ਪਲੱਸ ਮਾਈਨਸ 8% ਦਾ ਮਤਲਬ ਕਿ ਪਲੱਸ ਮਾਈਨਸ 8% ਤੇ ਖੁੱਲ ਮਿਲਾ ਕੇ ਜਿਹੜੀ ਹੈਗੀ ਹੈ ਬਾਰਿਸ਼ ਅਗਸਤ ਅਤੇ ਸਤੰਬਰ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਚੰਗੀਆਂ ਬਰਸਾਤਾਂ ਹੋਣ ਦੀ ਸੰਭਾਵਨਾ ਹੈ ਤੇ ਇਹ ਕਿਉਂ ਹੋ ਰਹੀ ਹੈ ਇਹਦਾ ਕਾਰਨ ਵੀ ਇਹਨਾਂ ਵੱਲੋਂ ਇੱਥੇ ਦਿੱਤਾ ਗਿਆ ਹੈਗਾ ਉਹ ਕਾਰਨ ਇਹ ਹੈਗਾ ਕਿ ਜਿਹੜਾ ਅਲ ਨੀਨੋ ਕੰਡੀਸ਼ਨਸ ਹੈਗੀਆਂ ਉਹ ਮੌਨਸੂਨ ਦੇ ਫੇਵਰੇਬਲ ਹੈ ਤੇ ਆਉਣ ਵਾਲੇ ਟਾਈਮ ਤੱਕ ਇਹ ਜਿਹੜੀਆਂ ਹੈਗੀਆਂ ਨਿਊਟਰਲ ਕੰਡੀਸ਼ਨਸ ਬਣੀਆਂ ਰਹਿਣੀਆਂ ਜਿਹਦੇ ਕਰਕੇ ਮੌਨਸੂਨ ਜਿਹੜਾ ਹੈਗਾ ਚੰਗਾ ਚੱਲੇਗਾ ਦੂਸਰੇ ਪਾਸੇ ਜਿਹੜਾ ਹੈਗਾ ਮੌਨਸੂਨ ਨੂੰ ਖਿੱਚਣ ਵਾਸਤੇ ਭਾਰਤੀ ਸਮੁੰਦਰਾਂ ਦਾ ਤਾਪਮਾਨ ਗਿਨਿਆ ਜਾਂਦਾ ਜਿਹਨੂੰ ਅਸੀਂ ਓਸ਼ੀਅਨ ਡਾਈਪੋਲ ਕਹਿੰਦੇ ਆ ਇਹ ਵੀ ਪੋਜ਼ਿਟਿਵ ਬਣਿਆ ਹੋਇਆ ਹੈ ਇਹ ਵੀ ਪੋਜ਼ਿਟਿਵ ਬਣਿਆ ਹੋਇਆ ਜਿਹਦੇ ਕਰਕੇ ਜਿਹੜਾ ਹੈਗਾ ਮੌਨਸੂਨ ਦੀ ਚੰਗੀ ਸੰਭਾਵਨਾ ਹੈਗੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਗਸਤ ਅਤੇ ਸਤੰਬਰ ਦੇ ਵਿੱਚ ਪੂਰੇ ਭਾਰਤ ਵਰਸ਼ ਦੇ ਵਿੱਚ ਚੰਗੀਆਂ ਬਰਸਾਤਾਂ ਹੋਣਗੀਆਂ ਇੱਕ ਚੀਜ਼ ਮੈਨੂੰ ਇੱਥੇ ਜਿਹੜਾ ਹੈਗਾ ਮੈਪ ਦੇਖਣ ਦੇ ਵਿੱਚ ਇਹ ਲੱਗ ਰਿਹਾ ਹੈ ਕਿ ਜਿਹੜੇ ਆਪਣੇ ਕੁਝ ਮੇਰੇ ਕਿਸਾਨ ਵੀਰ ਹੈਗੇ ਐ ਰਹਿ ਰਹੇ ਐ ਫਾਜ਼ਿਲਕਾ ਦੇ ਏਰੀਏ 'ਚ ਜਿੱਥੇ ਕਿ ਬਾਰਿਸ਼ਾਂ ਨਹੀਂ ਹੋਈਆਂ ਸੀਆਂ ਤਾਂ ਇਹ ਮੈਪ ਦਿਖਾ ਰਿਹਾ ਹੈ ਕਿ ਪੰਜਾਬ ਦਾ ਇਹ ਹਿੱਸਾ ਜਿਹੜਾ ਹੈਗਾ 9 ਤੋਂ ਲੈ ਕੇ 15 ਅਗਸਤ ਦੇ ਵਿਚਾਲੇ ਜਿਹੜਾ ਇਹ ਫਾਜ਼ਿਲਕਾ ਵਾਲਾ ਏਰੀਆ ਹੈਗਾ ਇੱਥੇ ਚੰਗੀ ਬਰਸਾਤ ਹੋ ਸਕਦੀ ਹੈ ਤੇ ਗੁਰਦਾਸਪੁਰ ਏਰੀਏ ਦੇ ਵਿੱਚ ਜਿਹੜਾ ਰਹਿ ਗਿਆ ਸੀ ਚੰਗੀ ਬਰਸਾਤ ਹੋਏਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿੱਥੇ ਕਰਸਰ ਹੈ ਲਗਭਗ ਚੰਗੀ ਬਰਸਾਤ ਹੋਣ ਦੀ ਸੰਭਾਵਨਾ ਹੈ ਠੀਕ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਗੰਗਾ ਨਗਰ ਹਰਮਾਨਗੜ ਵੀ ਕਵਰ ਹੋਏਗਾ ਤੇ ਜੋ ਕਿ ਦੂਸਰੇ ਹਫਤੇ ਦੇ ਵਿੱਚ ਜਿਹੜਾ 9 ਤੋਂ 15 ਅਗਸਤ ਵਾਲਾ ਇਹਦੇ ਵਿੱਚ ਵੀ ਨਾਰਮਲ بارش ਜਿਹੜੀ ਹੈਗੀ ਹੈ ਪੂਰੇ ਪੰਜਾਬ ਹਰਿਆਣਾ ਗੰਗਾ ਨਗਰ ਹਰਮਾਨਗੜ ਤੇ ਜਿਹੜਾ ਹੈਗਾ ਯੂਪ ਅਤੇ ਪੱਛਮੀ ਯੂਪ ਦੇ ਵਿੱਚ ਹੋਣ ਦੀ ਸੰਭਾਵਨਾ ਹੈ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ ਮੇਰਾ ਇਹਦੇ ਵਿੱਚ ਕੁਝ ਨਹੀਂ ਹੈ ਭਾਰਤੀ ਮੌਸਮ ਵਿਭਾਗ ਨੇ ਡਾਟਾ ਦਿੱਤਾ ਉਹਦੀ ਪ੍ਰੈਸ ਰਿਲੀਜ਼ ਤੁਹਾਨੂੰ ਪੜ੍ਹ ਕੇ ਮੈਂ ਸੁਣਾਈ ਹੈ ਉਮੀਦ ਕਰਦਾ ਕਿ ਮੌਸਮ ਇਸੇ ਤਰੀਕੇ ਨਾਲ ਜਾਏਗਾ ਬਾਕੀ ਆਪਾਂ ਜਿਹੜਾ ਹੈਗਾ ਜੋ ਤਿੰਨ ਤਿੰਨ ਦਿਨ ਦੇ ਜਾਂ ਚਾਰ ਚਾਰ ਦਿਨ ਦੇ ਮੌਸਮ ਦੀ ਵੀਡੀਓ ਅਪਲੋਡ ਕਰਦੇ ਆ ਉਹਦੇ ਵਿੱਚ ਤੁਹਾਨੂੰ ਹਰ ਇੱਕ ਡਿਟੇਲ ਦਿੱਤੀ ਜਾਊਗੀ ਮਿਹਰਬਾਨੀ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਜਰੂਰ ਕਰਨਾ